ਪੰਥ ਨੇ ਲਾਗੂ ਕੀਤਾ ਤੇ ਕੁਝ ਮੇਰੇ ਵੀਰ ਜਥੇਬੰਦੀਆਂ ਇਸ ਨੂੰ ਹੱਜੇ ਤੱਕ ਖਰੜਾ ਮੰਨਦੇ ਆ ਕਹਿੰਦੇ ਵੀ ਇਹ ਤਾਂ ਜੀ ਪੰਥ ਨੇ ਪ੍ਰਵਾਨੀ ਨਹੀਂ ਕੀਤਾ ਵੀ ਇੱਕ ਪਾਸੇ ਅਸੀਂ ਕਹਿੰਨੇ ਆ ਜੀ ਅਕਾਲ ਤਖਤ ਸਭ ਮਹਾਨ ਹੈ ਅਕਾਲ ਤਖਤ ਤੋਂ ਬਿਨਾਂ ਅਸੀਂ ਕਿਸੇ ਨੂੰ ਹਰ ਮੰਨਦੇ ਨਹੀਂ ਸੀ ਇਸ ਨੇ ਝਕਾਉਂਦੇ ਤਾਂ ਫਿਰ ਅਸੀਂ ਅਕਾਲ ਤਖਤ ਸਹਿਬ ਜੀ ਤੋਂ ਜਿਹੜੀ ਸਿੱਖ ਰਹਿਤ ਮਰੀਆਦਾ ਲਾਗੂ ਹੋਈ ਹੈ ਅਸੀਂ ਉਹਨੂੰ ਕਿਉਂ ਨਹੀਂ ਮੰਨਦੇ ਗੱਲਾਂ ਅਸੀਂ ਕਰਦੇ ਆ ਜਾ ਕੇ ਸ਼ਿਕਾਇਤਾਂ ਵੀ ਦੰਨੇ ਆ ਪਰ ਜਦੋਂ ਉਹਦੀ ਗੱਲ ਮੰਨਣ ਦੀ ਆਂਦੀ ਆ ਉਦੋਂ ਫਿਰ ਅਸੀਂ ਇਨਕਾਰੀ ਹੁੰਦੇ ਆ ਜਿਸ ਅਕਾਲ ਤੱਕ ਸਭ ਦੇ ਕੋਲ ਜਾ ਕੇ ਅਸੀਂ ਸ਼ਿਕਾਇਤ ਕਰ ਰਹੇ ਹਾਂ ਉਸੇ ਕੱਲ ਤੱਕ ਦੀ ਮਿਆਦ ਅਸੀਂ ਖੁਦ ਨਹੀਂ ਮੰਨਣ ਨੂੰ ਤਿਆਰ ਅਸੀਂ ਖੁਦ ਨਹੀਂ ਮੰਨਦੇ ਪਏ ਜਾਂ ਤਾਂ ਪਹਿਲਾਂ ਤੁਸੀਂ ਆਪ ਮੰਨੋ ਨਾ ਮੈਨੂੰ ਮਾਫ ਕਰਿਓ ਅਸੀਂ ਪੱਗਾਂ ਵੀ ਵੰਡੀਆਂ ਹੋਈਆਂ ਜਿੱਦਾਂ ਹੁਣ ਮੈਂ ਗੋਲ ਦਸਤਾਰ ਬੰਨੀ ਤੁਸੀਂ ਖਿਮਾ ਕਰਨੀ ਇਹ ਦਸਤਾਰ ਬੰਨੀ ਹੈ ਚੁੰਝ ਵਾਲੀ ਤਾਂ ਸਾਨੂੰ ਦੋਨਾਂ ਨੂੰ ਅਗਲੇ ਕਹਿਣਗੇ ਮਸ਼ੀਨਰੀ ਹੈ ਜੇ ਗੋਲ ਬੰਨੀ ਹੈ ਤੇ ਅਗਲਾ ਕੋਈ ਏਟਕਸਾਲੀ ਹੈ ਮੋਬਾਈਲ ਅਪਡੇਟ ਹੋ ਜਾਂਦਾ ਪਰ ਮੈਂ ਕਹਿੰਦਾ ਵੀ ਅਸੀਂ ਅਪਡੇਟ ਕਿਉਂ ਨਹੀਂ ਹੋਣਾ ਚਾਹੁੰਦੇ ਜਾਂ ਅਸੀਂ ਮੂਲ ਮੰਤਰ ਪਿੱਛੇ ਲੜ ਰਹੇ ਆਂ ਜਾਂ ਅਸੀਂ ਮੱਧ ਪਿੱਛੇ ਲੜ ਰਹੇ ਆਂ ਤੇ ਜਾਂ ਅਸੀਂ ਲੜਨੇ ਆਂ ਰਾਗ ਮਾਲਾ ਪਿੱਛੇ ਤੇ ਬੁੱਲਾ ਕਹਿੰਦਾ ਇੱਕ ਬਾਤ ਅਜਬਦੀ ਹੈ ਹਰ ਹਰ ਵਿੱਚ ਸੂਰਤ ਰਬ ਦੀ ਹੈ ਜੇ ਜ਼ਾਹਰ ਕਰਾਂ ਇਸਰਾਰ ਤਾਈਂ ਫਿਰ ਮਾਰਨ ਬੁੱਲੇ ਯਾਰ ਤਾਈਂ ਕਹਿੰਦੇ ਇੱਥੇ ਗੁਪਤੀ ਬਾਤ ਸੁਖੇਂਦੀ ਹੈ ਤੇ ਬੁੱਲੇ ਬੁੱਲਾ ਸ਼ਾਹ ਕਹਿੰਦਾ ਵੀ ਜੇ ਮੈਂ ਸੱਚ ਕਹਿ ਦੇਆ ਸੱਚ ਦਾ ਬੁੱਲਾ ਕਹਿੰਦਾ ਮੈਨੂੰ ਪਤਾ ਹੈ ਪਰ ਜੇ ਮੈਂ ਸੱਚ ਕਹਿ ਦੇਣਾ ਕਹਿੰਦਾ ਮੈਨੂੰ ਮਾਰ ਬਹੁਤ ਪਊਗੀ ਇਸ ਲਈ ਮੈਂ ਚੁੱਪੀ ਆਂ ਪੁਰਾਣੇ ਸਮੇਂ ਦੇ ਵਿੱਚ ਸਿੰਘ ਕਹਿੰਦੇ ਹੁੰਦੇ ਸੀ ਪੰਦ ਪੰਥ ਵਸੈ ਮੈਂ ਉਜੜਾ ਮਨ ਚਾਉ ਕਨੇੜਾ ਤੇ ਅੱਜ ਕੀ ਉਲਟ ਨਹੀਂ ਹੋ ਰਿਹਾ ਇਸ ਤੋਂ ਵੀ ਅਸੀਂ ਆਪਣੇ ਸਥਾਨ ਅਸੀਂ ਆਪਣੇ ਡੇਰਿਆਂ ਪਿੱਛੇ ਸਿਰਫ ਕੁਝ ਗੱਲਾਂ ਦੇ ਉੱਤੇ ਇੱਕ ਹੋਮੀ ਨਹੀਂ ਇਹ ਸ਼ਬਦ ਲੱਗਦਾ ਵੀ ਮੇਰੀ ਪ੍ਰਾਪਰਟੀ ਮੇਰਾ ਡੇਰਾ ਆਦਿਕ ਮੇਰੀ ਸੰਗਤ ਜੋ ਵੀ ਮੇਰੇ ਨਾਲ ਜੁੜੇ ਨੇ ਉਹ ਜੁੜੇ ਰਹਣ ਹਾਂ ਮੇਰੇ ਜਿਹੜੇ ਫਾਲੋਅਰ ਨੇ ਬਸ ਉਹ ਨਹੀਂ ਟੁੱਟਨੇ ਚਾਹੀਦੇ ਪੰਥ ਹੈ ਜਿਹੜਾ ਪੰਥ ਜਿਹੜੇ ਮਰਜ਼ੀ ਠੇਖੂ ਜਾਵੇ ਪੰਥ ਤੋਂ ਅਸੀਂ ਕੁਝ ਨਹੀਂ ਲੈਣਾ ਪਰ ਪੰਥ ਦੀ ਅਸੀਂ ਜਿਹੜੀ ਡੁਗ ਡੁਗੀ ਹੈ ਉਹ ਅਸੀਂ ਜਰੂਰ ਬੁਜਾ ਰਹੇ ਹਾਂ ਰਾਜਨੀਤੀ ਦਾ ਰੌਲਾ ਹੀ ਬਹੁਤ ਜ਼ਿਆਦਾ ਆ ਉਹ ਚਾਹੁੰਦੇ ਨੇ ਵੀ ਜਿਸ ਤਰ੍ਹਾਂ ਜਿਹੜੇ ਸਾਡੇ ਫਾਲੋਅਰ ਨੇ ਜਿਹੜੇ ਸਾਡੇ ਨਾਲ ਜੁੜੇ ਨੇ ਵੀ ਜੇ ਉਹ ਤਾਂ ਚਾਹੁੰਦੇ ਨੇ ਵੀ ਪਾੜੋ ਤੇ ਰਾਜ ਕਰੋ ਵੀ ਇਕੱਠੇ ਹੋਣ ਹੀ ਨਾ ਪੰਜਾਬੀ ਲੋਕ ਚੈਨਲ ਦੇ ਵਿੱਚ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਗੱਲਬਾਤ ਕਰਾਂਗੇ ਪੰਥਕ ਇਕਤਾ ਕਿਵੇਂ ਹੋ ਸਕਦੀ ਹੈ ਬਿਨਾਂ ਸ਼ੱਕ ਪਿਛਲੇ ਕੁਝ ਸਮੇਂ ਤੋਂ ਪੰਥ ਦੇ ਵਿੱਚ ਕੁਝ ਗੱਲਾਂ ਦੇ ਨਾਲ ਵਿਵਾਦ ਨੇ ਪੰਥਕ ਜਥੇਬੰਦੀਆਂ ਪ੍ਰਚਾਰਕ ਵੀਰ ਆਪਸ ਦੇ ਵਿੱਚ ਲੜਪड़ ਰਹੇ ਨੇ ਉਹਨਾਂ ਦੇ ਸਬੰਧੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਵਿਚਾਰ ਪੰਥ ਦੇ ਮਹਾਨ ਕਥਾਵਾਚਕ ਭਾਈ ਸਪਾਈ ਗੁਰਸੇਵਕ ਸਿੰਘ ਜੀ ਸੰਗਰੂਰ ਉਚੇਚੀ ਤੌਰ ਤੇ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਹਾਂਜੀ ਭਾਈ ਸਾਹਿਬ ਜੀ ਸਭ ਤੋਂ ਪਹਿਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਸਭ ਤੋਂ ਪਹਿਲੇ ਆਪ ਜੀ ਨੂੰ ਬੇਨਤੀ ਹੈ ਕਿ ਦੱਸੋ ਵੀ ਪੰਥ ਦੇ ਵਿੱਚ ਕੁਝ ਗੱਲਾਂ ਦੇ ਵਿੱਚ ਵਿਵਾਦ ਹੈ ਉਹਨਾਂ ਵਿਵਾਦ ਨੂੰ ਖਤਮ ਕਿਦਾਂ ਕੀਤਾ ਜਾ ਸਕਦਾ ਹੈ ਪੰਥ ਵਿੱਚ ਏਕਤਾ ਕਿਵੇਂ ਹੋ ਸਕਦੀ ਹੈ ਪੰਥ ਦੇ ਵਿੱਚ ਜਿਹੜੀ ਭਰਾ ਮਾਰੂ ਜਾਂਗ ਹੈ ਉਸ ਨੂੰ ਕਿਵੇਂ ਸਮੇਟਿਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਵੀਰ ਹਰਪਾਲ ਸਿੰਘ ਜੀ ਸੁਨਾਮ ਤੁਹਾਡਾ ਬਹੁਤ ਧੰਨਵਾਦ ਹੈ ਜੀ ਕਿਉਂਕਿ ਤੁਸੀਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਜਦੋਂ ਵੀ ਕੋਈ ਪੰਥ ਦੇ ਵਿੱਚ ਕੋਈ ਦੁਬਧਾ ਪੈਦਾ ਹੁੰਦੀ ਹੈ ਤੁਸੀਂ ਆਪਣੇ ਚੈਨਲ ਤੇ ਮਾਧਿਅਮ ਦੇ ਰਹੇ ਹੋ ਸੰਗਤਾਂ ਤੱਕ ਤੁਸੀਂ ਪੰਥ ਦੀ ਜਿਹੜੀ ਆਵਾਜ਼ ਹੈ ਉਹ ਤੁਸੀਂ ਪਹਚਾਣਦੇ ਰਹਿੰਦੇ ਹੋ ਤੇ ਤੁਹਾਡਾ ਜਿਹੜਾ ਇਹ ਕੁਐਸਚਨ ਹੈ ਜਿਹੜਾ ਸਵਾਲ ਹੈ ਵੀ ਪੰਥ ਦੇ ਵਿੱਚ ਏਕਤਾ ਵੀ ਕਿਸ ਤਰ੍ਹਾਂ ਆਵੇ ਸੋ ਪੰਥ ਵਿੱਚ ਇਕਤਾ ਤਾਂ ਹੀ ਆ ਸਕਦੀ ਹੈ ਵੀ ਜੇ ਅਸੀਂ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਜੇ ਅਸੀਂ ਸਿੱਖ ਰਹਿਤ ਮਰਿਆਦਾ ਨੂੰ ਅਸੀਂ ਮੰਨਾਂਗੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਕੀਤੀ ਗਈ ਹੈ ਇਹ ਤਕਰੀਬਨ 1931-32 ਦੇ ਵਿੱਚ ਇਹ ਖਰੜਾ ਤਿਆਰ ਹੋ ਗਿਆ ਸੀ ਤੇ 1945 ਦੇ ਵਿੱਚ ਫਿਰ ਇਹ ਪੰਥ ਨੇ ਇਹ ਲਾਗੂ ਕੀਤਾ ਸੀਗਾ ਤੁਸੀਂ ਆਪ ਜੀ ਨੇ ਕਿਹਾ ਪੰਥ ਨੇ ਲਾਗੂ ਕੀਤਾ ਤੇ ਕੁਝ ਮੇਰੇ ਵੀਰ ਜਥੇਬੰਦੀਆਂ ਇਸ ਨੂੰ ਅੱਜ ਤੱਕ ਖਰੜਾ ਮੰਨਦੇ ਆ ਕਹਿੰਦੇ ਵੀ ਇਹ ਤਾਂ ਜੀ ਪੰਥ ਨੇ ਪ੍ਰਵਾਨੀ ਨਹੀਂ ਕੀਤਾ ਉਸ ਬੰਦੀ ਤੁਸੀਂ ਕੀ ਕਹੋਗੇ ਦੇਖੋ ਜੀ ਕੋਈ ਵੀ ਚੀਜ਼ ਜਦੋਂ ਤਿਆਰ ਹੁੰਦੀ ਹੈ ਤਾਂ ਉਹਦਾ ਪਹਿਲਾਂ ਖਰੜਾ ਹੀ ਤਿਆਰ ਕੀਤਾ ਜਾਂਦਾ ਹੈ ਹਾਂਜੀ ਕਿਉਂਕਿ ਉਹ ਖਰੜਾ ਜਦੋਂ ਤਿਆਰ ਹੁੰਦਾ ਜਦੋਂ 베ਸ ਤਿਆਰ ਹੁੰਦਾ ਤੇ ਉਹ ਫੇਰ ਹੀ ਉਹਦੇ ਉੱਤੇ ਕੋਈ ਮਹਿਲ ਉਸਾਰਿਆ ਜਾਂਦਾ ਹੈ ਪਹਿਲਾਂ ਆਪਾਂ ਨੀਂ ਰੱਖਦੇ ਆ ਨੀਂ ਤੋਂ ਬਾਅਦ ਫਿਰ ਉਹ ਮਕਾਨ ਤਿਆਰ ਹੁੰਦਾ ਫੇਰ ਉਹ ਸਾਡੇ ਸਾਹਮਣੇ ਆਉਂਦਾ ਮਕਾਨ ਬਣ ਕੇ ਇਸ ਤਰ੍ਹਾਂ ਪਹਿਲਾਂ ਇਹ ਬਹੁਤ ਜਿਹੜੇ ਗੁਰਮਖ ਪਿਆਰੇ ਵਿਦਵਾਨ ਲੋਕ ਜਿਹੜੇ ਜਿਨ੍ਹਾਂ ਨੇ ਤਕਰੀਬਨ ਇੰਨੇ ਸਾਲ ਲਾ ਕੇ ਇਹ ਸਿੱਖ ਰਹਿਤ ਮਰਿਆਦ ਨੂੰ ਤਿਆਰ ਕੀਤਾ ਤੇ ਫਿਰ 1945 ਦੇ ਵਿੱਚ ਇਹਨੂੰ ਲਾਗੂ ਕੀਤਾ ਤੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਮੰਨਦੇ ਆਂ ਸ਼੍ਰੀ ਸੱਚਖੰਡ ਹਰਮੰਦਰ ਸਾਹਿਬ ਨੂੰ ਵੀ ਮੰਨਦੇ ਆਂ ਪਰ ਇੱਥੇ ਆ ਕੇ ਫਿਰ ਦੁਬਧਾ ਪੈਦਾ ਹੁੰਦੀ ਹੈ ਵੀ ਇੱਕ ਪਾਸੇ ਅਸੀਂ ਕਹਿੰਨੇ ਆਂ ਅਸੀਂ ਅਕਾਲ ਤਖ਼ਤ ਸਭ ਮਹਾਨ ਹੈ ਅਕਾਲ ਤਖ਼ਤ ਤੋਂ ਬਿਨਾਂ ਅਸੀਂ ਕਿਸੇ ਨੂੰ ਹਰ ਮੰਨਦੇ ਨਹੀਂ ਸੀ ਇਸ ਨਹੀਂ ਚਕਾਉਂਦੇ ਤਾਂ ਫਿਰ ਅਸੀਂ ਅਕਾਲ ਤਖ਼ਤ ਸਹਿਬ ਜੀ ਤੋਂ ਜਿਹੜੀ ਸਿੱਖ ਰਹਿਤ ਮਰਯਾਦਾ ਲਾਗੂ ਹੋਈ ਹੈ ਅਸੀਂ ਉਹਨੂੰ ਕਿਉਂ ਨਹੀਂ ਮੰਨਦੇ ਤੇ ਜਿੰਨਾ ਚਿਰ ਅਸੀਂ ਅਕਾਲ ਤਖ਼ਤ ਸਭ ਦੀ ਮਰਯਾਦਾ ਨੂੰ ਨਹੀਂ ਮੰਨਦੇ ਜਿੰਨਾ ਚਿਰ ਅਸੀਂ ਦੇ ਉੱਪਰ ਪੈਰਾਂ ਨਹੀਂ ਦਿੰਦੇ ਤੁਸੀਂ ਜਿੰਨੀਆਂ ਮਰਜ਼ੀ ਬਹਿ ਕੇ ਪ੍ਰਚਾਰਕ ਪ੍ਰਚਾਰਕਾਂ ਨੂੰ ਕਹੋ ਸਾਡੇ ਨਾਲ ਵਿਚਾਰ ਕਰੋ ਅਸੀਂ ਤੁਹਾਡੇ ਨਾਲ ਵਿਚਾਰ ਕਰਨੀ ਚਾਹੁੰਦੇ ਆਂ ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਵਿਚਾਰਾਂ ਕਰ ਲਓ ਜਿੰਨਾ ਚਿਰ ਤੁਸੀਂ ਇੱਕ ਮਰਜ਼ਾਦਾ ਨੂੰ ਨਹੀਂ ਮੰਨਦੇ ਇੱਕ ਮਰਜ਼ਾਦਾ ਨੂੰ ਇੱਕ ਰੂਲ ਨੂੰ ਫਾਲੋ ਨਹੀਂ ਕਰਦੇ ਹੁਣ ਤੁਸੀਂ ਅਮਰੀਕਾ ਦੇ ਵਿੱਚ ਰਹਿ ਰਹੇ ਹੋ ਇੱਥੇ ਇੱਥੇ ਅਸੀਂ ਰੂਲਾਂ ਦੇ ਮੁਤਾਬਕ ਚੱਲ ਰਹੇ ਹਾਂ ਜਿੰਨਾ ਚਿਰ ਇੱਥੇ ਰੂਲ ਲਾਗੂ ਨੇ ਤਾਂ ਵੇਖੋ ਆਪਾਂ ਕਿੰਨਾ ਵਧੀਆ ਟ੍ਰੈਫਿਕ ਰੂਲ ਹਰ ਇੱਕ ਰੂਲ ਨੂੰ ਆਪਾਂ ਮੰਨਦੇ ਆਂ ਸਟਾਪ ਸਾਈਨ ਆਉਂਦਾ ਉੱਥੇ ਅਸੀਂ ਰੁਕਦੇ ਆਂ ਇਹ ਤਾਂ ਨਹੀਂ ਕਹਿੰਦੇ ਸਾਨੂੰ ਇੱਥੇ ਜੇ ਕੋਈ ਨਹੀਂ ਵੇਖਦਾ ਸੀ ਨਹੀਂ ਰੁਕਦੇ ਅਸੀਂ ਤਾਂ ਅੱਗੇ ਜਾ ਸਕਦੇ ਆਂ ਇਸੇ ਤਰ੍ਹਾਂ ਇੱਥੇ ਆਪਾਂ ਰੂਲ ਕਹਿੰਨੇ ਆ ਉਹਨੂੰ ਪੰਥ ਨੇ ਮਰਜ਼ਾਦਾ ਕਿਹਾ ਹੈ ਕੋਈ ਵੀ ਚੀਜ਼ ਜਿੱਨਾ ਚਿਰ ਮਰਜ਼ਾਦਾ ਵਿੱਚ ਹੈ ਉਹਦੇ ਵਿੱਚ ਸਕੂਨ ਹੈ ਉਹਦੇ ਵਿੱਚ ਆਨੰਦ ਰਹਿੰਦਾ ਹੈ ਇਸ ਲਈ ਪੰਥ ਵਿੱਚ ਏਕਤਾ ਜਿਹੜੀ ਸ਼ਾਂਤੀ ਆਉਗੀ ਭਾਈ ਮਾਰੂ ਜਿਹੜੀ ਜਿਹੜੀ جنگ ਹੈ ਇਹ ਖਤਮ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਜ਼ਾਦਾ ਦੇ ਉੱਪਰ ਪੂਰਾ ਪੈਰਾ ਦੇਵਾਂਗੇ ਜੀ ਕਿਹੜੀਆਂ ਗੱਲਾਂ ਨੇ ਐਸੀਆਂ ਵੀ ਜਿਹਦੇ ਕਰਕੇ ਪੰਥ ਵਿੱਚ ਵਿਵਾਦ ਮੰਨਿਆ ਜਾਂਦਾ ਹੈ ਵੀ ਜਿਹੜੀਆਂ ਕੁਝ ਜਥੇਬੰਦੀਆਂ ਜਾਂ ਕੁਝ ਸਥਾਨ ਐਸੇ ਨੇ ਵੀ ਜਿਹੜੇ ਇਹਨਾਂ ਨੂੰ ਨਹੀਂ ਮੰਨਦੇ ਉਹ ਕਿ ਕੁਝ ਗੱਲਾਂ ਦੱਸ ਸਕਦੇ ਹੋ ਕਿਹਨਾ ਗੱਲਾਂ ਦੇ ਤੇ ਕਿੰਤੂ ਕੀਤਾ ਜਾਂਦਾ ਹੈ ਦੇਖੋ ਜੀ ਉਹਨਾਂ ਦਾ ਜਿਹੜਾ ਕਿੰਤੂ ਕਰਨ ਦਾ ਜਿਹੜਾ ਸਵਾਲ ਹੈ ਨਾ ਉਹ ਇਸ ਕਰਕੇ ਹੈ ਵੀ ਕਿਉਂਕਿ ਉਹਨਾਂ ਨੇ ਆਪੋ ਆਪਣੇ ਡੇਰਿਆਂ ਦੇ ਵਿੱਚ ਵੱਖੋ ਵਕਰੀ ਆਪੋ ਆਪਣੀ ਮਰਜ਼ਾ ਦਾ ਜਿਹੜੀ ਉਹ ਲਾਗੂ ਕੀਤੀ ਹੈ ਤੇ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਣਾ ਵੀ ਜਿੱਦਾਂ ਸੁਣਨ ਚ ਆਇਆ ਲਿਖਤੀ ਰੂਪ ਚ ਨਹੀਂ ਸੁਣਨ ਚ ਆਇਆ ਵੀ ਜਿੰਨਾ ਚਿਰ ਸੰਜਨੈਲ ਸਿੰਘ ਜੀ ਸ਼੍ਰੀ ਕਾਲ ਤੱਕ ਸਾਬ ਹਰਮੰਦਰ ਸਾਹਿਬ ਰਹੇ ਆ ਉਹ ਪਰ ਮੈਂ ਕਦੇ ਵੀ ਕਿਸੇ ਕਿਤਾਬ ਦੇ ਵਿੱਚ ਨਹੀਂ ਪੜਿਆ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਜ਼ਾਦਾ ਉਹਦੇ ਵਿੱਚ ਉਹਨਾਂ ਨੇ ਕੋਈ ਇੰਟਰਫੇਅਰ ਕੀਤਾ ਹੋਵੇ ਜਾਂ ਕਿੰਤੂ ਪਰੰਤੂ ਕੀਤਾ ਹੋਵੇ ਉਹਨਾਂ ਨੇ ਬਿਲਕੁਲ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਪਰ ਜੇ ਅੱਜ ਅਸੀਂ ਜਿੰਨੇ ਵੀ ਮੇਰੇ ਵੀਰ ਨੇ ਭਾਵੇਂ ਉਹ ਸੰਪਰਦਾਈ ਨੇ ਟਕਸਾਲੀ ਵੀਰ ਨੇ ਜੋ ਵੀ ਨੇ ਜਿੰਨੀਆਂ ਵੀ ਜੱਥੇਬੰਦੀਆਂ ਨੇ ਹਨਾ ਜੇ ਅਸੀਂ ਉਹਨਾਂ ਦੇ ਅਸੀਂ ਵਾਰਸ ਕਹੋਨੇ ਆ ਤਾਂ ਮੇਰੇ ਖਿਆਲ ਚ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਇੱਕ ਅਸੀਂ ਮੱਥਾ ਲਾਉਣ ਵਾਲੇ ਕੰਮ ਕਰਦੇ ਆ ਇੱਕ ਬੰਨੇ ਤਾਂ ਅਸੀਂ ਥੋੜੀ-ਬੋਤੀ ਜਦੋਂ ਗੱਲ ਹੁੰਦੀ ਆ ਅਸੀਂ ਕੰਨੇ ਵੀ ਚਲੋ ਸ੍ਰੀ ਅਕਾਲ ਤਖਤ ਸਭ ਵੀ ਉੱਥੇ ਕਰਦੇ ਆ ਜਾ ਕੇ ਤੇ ਗੱਲਾਂ ਅਸੀਂ ਕਰਦੇ ਆ ਜਾ ਕੇ ਸ਼ਿਕਾਇਤਾਂ ਵੀ ਦੰਨੇ ਆ ਪਰ ਜਦੋਂ ਉਹਦੀ ਗੱਲ ਮੰਨਣ ਦੀ ਆਂਦੀ ਆ ਉਦੋਂ ਫਿਰ ਅਸੀਂ ਇਨਕਾਰੀ ਹੁੰਨੇ ਆ ਹਾਂ ਹਾਂ ਬਿਲਕੁਲ ਬਿਲਕੁਲ ਜੀ ਮਹਰਪਾਲ ਸਿੰਘ ਜੀ ਇੱਕ ਪਾਸੇ ਅਸੀਂ ਕਹਿੰਨੇ ਆ ਜੀ ਵੇਖੋ ਇਹ ਸਾਡੇ 'ਚ ਦੁਬਦਾ ਪਾ ਰਹੇ ਨੇ ਦੁਬਦਾ ਪੈਂਦੀ ਹੈ ਹਨਾ ਤੇ ਅਕਾਲ ਤੱਕ ਸਭ ਦੇ ਜਾਂ ਕੋਈ ਖਲਾਫ ਬੋਲਦਾ ਕੋਈ ਵੀ ਪ੍ਰਚਾਰਕ ਮੈਂ ਮਤਲਬ ਇੱਕ ਪੱਖ ਨਹੀਂ ਲੈਂਦਾ ਤਾਂ ਫਿਰ ਅਸੀਂ ਜਦੋਂ ਉੱਥੇ ਸ਼ਿਕਾਇਤ ਕਰਨ ਜਾਂਦੇ ਆ ਤਾਂ ਫਿਰ ਅਸੀਂ ਇਹ ਨਹੀਂ ਸੋਚਦੇ ਵੀ ਸਭ ਤੋਂ ਵੱਡੇ ਤਾਂ ਵਿਰੋਧੀ ਅਸੀਂ ਆ ਅਸੀਂ ਜਿਸ ਅਕਾਲ ਤੱਕ ਸਭ ਦੇ ਕੋਲ ਜਾ ਕੇ ਅਸੀਂ ਸ਼ਿਕਾਇਤ ਕਰ ਰਹੇ ਆ ਉਹ ਸੇ ਕੱਲ ਤੱਕ ਦੀ ਮਰਿਆਦਾ ਸੀ ਖੁਦ ਨਹੀਂ ਮੰਨਣ ਨੂੰ ਤਿਆਰ ਅਸੀਂ ਖੁਦ ਨਹੀਂ ਮੰਨਦੇ ਪਏ ਜਾਂ ਤਾਂ ਪਹਿਲਾਂ ਤੁਸੀਂ ਆਪ ਮੰਨੋ ਨਾ ਫਿਰ ਆਪਾਂ ਕਿਸੇ ਕੋਲ ਜਾ ਕੇ ਸ਼ਿਕਾਇਤ ਕਰ ਸਕਦੇ ਆ ਇਸ ਲਈ ਸਾਨੂੰ ਸਾਰੇ ਜਥੇਬੰਦੀਆਂ ਨੂੰ ਜਿੰਨੇ ਵੀ ਮੇਰੇ ਮੀਰ ਭਰਾ ਨੇ ਸੰਪਰਦਾਇ ਨਾ ਜੋ ਵੀ ਨੇ ਆਪਣੀ ਹੋਮੈਗੇ ਨੂੰ ਛੱਡ ਕੇ ਸਾਨੂੰ ਇੱਕ ਰੂਲ ਫਾਲੋ ਕਰਨਾ ਚਾਹੀਦਾ ਹੈ ਇੱਕ ਜਿਹੜੀ ਸਾਡੀ ਮਰਜ਼ਾਦਾ ਉਹਦੇ ਉੱਪਰ ਸਾਨੂੰ ਪਹਿਰਾ ਦੇਣਾ ਚਾਹੀਦਾ ਅਸੀਂ ਤੇ ਹੁਣ ਮੈਨੂੰ ਮਾਫ ਕਰਿਓ ਅਸੀਂ ਪੱਗਾਂ ਵੀ ਬੰਡੀਆਂ ਹੋਈਆਂ ਜਿੱਦਾਂ ਹੁਣ ਮੈਂ ਗੋਲ ਦਸਤਾਰ ਬੰਨੀ ਹੈ ਤੁਸੀਂ ਕਿਮਾ ਕਰਨੀ ਇਹ ਦਸਤਾਰ ਬੰਨੀ ਹੈ ਚੁੰਝ ਵਾਲੀ ਤਾਂ ਸਾਨੂੰ ਦੋਨਾਂ ਨੂੰ ਅਗਲੇ ਕਹਿਣਗੇ ਮਸ਼ੀਨਰੀ ਹੈ ਜੇ ਗੋਲ ਬੰਨੀ ਹੈ ਤੇ ਅਗਲਾ ਕੋ ਇਹ ਡਕਸਾਲੀ ਹੈ ਮਿਸ਼ਨਰੀ ਸ਼ਬਦ ਦਾ ਮਤਲਬ ਕੀ ਹੈ ਜੀ ਮਿਸ਼ਿਦਰੀ ਦਾ ਮਤਲਬ ਜਿਹੜਾ ਗੁਰੂ ਦੇ ਮਿਸ਼ਨ ਨੂੰ ਗੁਰੂ ਦੀ ਗੱਲ ਨੂੰ ਜਿਹੜਾ ਅੱਗੇ ਲੈ ਕੇ ਜਾਂਦਾ ਉਹਨੂੰ ਆਪਾਂ ਮਿਸ਼ਨਰੀ ਕਹਿ ਦਿੰਦੇ ਆ ਗਿਆਨੀ ਦਿੱਤ ਸਿੰਘ ਜੀ ਵਰਗੇ ਪ੍ਰੋਫੈਸਰ ਸਹਿਬ ਸਿੰਘ ਜੀ ਵਰਗੇ ਗਿਆਨੀ ਸਤਕਾਰਯੋਗ ਪ੍ਰੋਫੈਸਰ ਗੁਰਮukh ਸਿੰਘ ਵਰਗੇ ਜਿਨ੍ਹਾਂ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਵਿੱਚ ਸਾਕਾ ਨਨਕਾਣਾ ਵਾਪਰਿਆ ਕਿੰਨਾ ਉਹਨਾਂ ਨੇ ਯੋਗਦਾਨ ਪਾਇਆ ਕਿੰਨੀ ਉਹਨਾਂ ਦੀ ਪੰਥ ਨੂੰ ਕੌਮ ਨੂੰ ਦੇਣ ਹੈ ਭਾਈ ਨੱਥੂ RAM ਤੋਂ ਪ੍ਰੋਫੈਸਰ ਸਹਿਬ ਸਿੰਘ ਜੀ ਉਹ ਬਣੇ ਤੇ ਗੁਰਬਾਣੀ ਦਾ ਜਿਹੜਾ ਨੂੰ ਟੀਕਾ ਕੀਤਾ ਵਿਆਖ ਕਰਨ ਉਹਨਾਂ ਵਰਗੀ ਮੇਰੇ ਖਿਆਲ ਚ ਕੋਈ ਨਹੀਂ ਹੈ ਵੀ ਜਿਹੜਾ ਕੋਈ ਕਰ ਸਕੂਗਾ ਜਦੋਂ ਉਹ ਅਪਡੇਟ ਹੋ ਗਏ ਇੱਕ ਹੋਰ ਮੈਂ ਬੇਨਤੀ ਕਰਦਿਆਂ ਹੁਣ ਮੋਬਾਈਲ ਜਿਹੜੇ ਆਏ ਨੇ ਤੁਸੀਂ ਵੇਖਦੇ ਹੋ ਹੈ ਨਾ ਵੀ ਮੋਬਾਈਲ ਰੋਜ਼ ਆਪਾਂ ਕਹਿੰਦੇ ਵਰਜਨ ਇਹ ਜਿਹੜਾ ਵੀ ਰੋਜ਼ ਨਵਾਂ ਹੋਵੇ ਮੋਬਾਈਲ ਅਪਡੇਟ ਹੋ ਜਾਂਦਾ ਪਰ ਮੈਂ ਕਹਿੰਦਾ ਵੀ ਅਸੀਂ ਅਪਡੇਟ ਕਿਉਂ ਨਹੀਂ ਹੋਣਾ ਚਾਹੁੰਦੇ ਅਸੀਂ ਪਰੰਪਰਾਵਾਦੀ ਬਣੇ ਆ ਇੱਕ ਹੁੰਦਾ ਪਰੰਪਰਾਵਾਦੀ ਇੱਕ ਹੁੰਦਾ ਸਤਵਾਦੀ ਜਿਹੜਾ ਪਰੰਪਰਾਵਾਦੀ ਬੰਦਾ ਹੈ ਨਾ ਉਹ ਆਪਣੀ ਪਰੰਪਰਾ ਨਹੀਂ ਛੱਡਣ ਨੂੰ ਤਿਆਰ ਵੀ ਸਾਡੇ ਬਾਬਾ ਜੀ ਆਏ ਕਹਿੰਦੇ ਕੀ ਹੈ ਜੀ ਤੁਸੀਂ ਕਿਹੜੀ ਗੱਲ ਮੰਨਦੇ ਹੋ ਵੀ ਉਹ ਜਿਹੜੇ ਮੇਰੇ ਵੀਰ ਨੇ ਗੱਲਾਂ ਨੂੰ ਉਹ ਕੁਝ ਗੱਲਾਂ ਦੱਸ ਸਕਦੇ ਹੋ ਕਿਹੜੀਆਂ ਗੱਲਾਂ ਛੱਡਣ ਨੂੰ ਤਿਆਰ ਨਹੀਂ ਉਹ ਦੇ ਅਸੀਂ ਤਾਂ ਮਤਲਬ ਉਹੀ ਮੰਨਾਂਗੇ ਕੋਈ ਖਾਸ ਗੱਲ ਨਹੀਂ ਅ ਖਾਸ ਗੱਲ ਤਾਂ ਇਹ ਬਿਲਕੁਲ 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 ਜੋਤ ਤੇ ਕੁਝ ਐਸੀ ਗੱਲਾਂ ਜਿਹਨੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਭਾਈ ਜੋ ਜਥੇਦਾਰ ਸੇਵਾਦਾਰ ਨੇ ਭਾਈ ਹਰਪ੍ਰੀਤ ਸਿੰਘ ਉਹਨਾਂ ਦੇ ਬਚਨ ਸੁਣ ਰਿਹਾ ਸੀਗਾ ਉਹ ਕਹਿ ਰਹੇ ਸੀਗੇ ਵੀ ਸਾਡੇ ਵਿੱਚੋਂ ਪੰਜ ਕੋ ਗੱਲਾਂ ਦੇ ਉੱਤੇ મતਭੇਦ ਹੈਗੇ ਆ ਉਹ ਹੈਗੇ ਆ ਜੀ ਅਸੀਂ ਮੂਲ ਮੰਤਰ ਦੀ ਗੱਲ ਕਰਦੇ ਆਂ ਕਈ ਵਾਰੀ ਅਸੀਂ ਰਾਗ ਮਾਲਾ ਦੀ ਗੱਲ ਕਰਦੇ ਆਂ ਤੇ ਕੂੰ ਬਣਾ ਰਹੀਏ ਜੋਤੀ ਅਸੀਂ ਗੱਲ ਕਰਦੇ ਹਾਂ ਕੁਝ ਗੱਲਾਂ ਹੋ ਸਕਦੀਆਂ ਨੇ ਪਰ ਬਾਕੀ 95% ਸਾਡਾ ਸਾਰਾ ਕੁਝ ਸੇਮ ਨਹੀਂ ਹੈ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਬਸ ਸਾਡੀ ਲੜਾਈ ਤਿੰਨ ਗੱਲਾਂ ਦੀ ਹੈ ਆਦ ਦੀ ਹੈ ਮੱਧ ਦੀ ਹੈ ਤੇ ਅੰਤ ਦੀ ਹੈ ਜਾਂ ਅਸੀਂ ਮੂਲ ਮੰਤਰ ਪਿੱਛੇ ਲੜ ਰਹੇ ਹਾਂ ਜਾਂ ਅਸੀਂ ਮੱਧ ਪਿੱਛੇ ਲੜ ਰਹੇ ਹਾਂ ਤੇ ਜਾਂ ਅਸੀਂ ਲੜ ਰਹੇ ਹਾਂ ਰਾਗ ਮਾਲਾ ਪਿੱਛੇ ਪਰ ਜੋ ਸਿੱਖ ਰਹਿਤ ਮਰਜ਼ਾ ਦਾ ਉਹਦੇ ਵਿੱਚ ਬਕਾਇਦਾ ਪਹਿਲੀ ਗੱਲ ਤਾਂ 100 ਦੇ ਵਿੱਚੋਂ ਮੇਰੇ ਖਿਆਲ 'ਚ ਲਗਭਗ 70% ਇਦਾਂ ਦੇ ਸਿੱਖ ਹੋਣਗੇ ਜਿਹੜੇ ਕਹਿੰਦੇ ਮੈਂ ਸਿੱਖਾਂ ਮੈਂ ਖਾਲਸਾ ਜਿਨ੍ਹਾਂ ਨੇ ਸਿੱਖ ਰਹਿਤ ਮਰਯਾਦਾ ਅਜੇ ਤੱਕ ਪੜ੍ਹੀ ਹੋਈ ਨਹੀਂ ਹੈ ਖੋਲ ਕੇ ਨਹੀਂ ਵਕੀ ਤੁਸੀਂ ਇਹ ਵੀ ਗੱਲ ਮੰਨ ਸਕਦੇ ਹੋ ਵੀ ਜਿਨ੍ਹਾਂ ਨੇ ਪੰਥ ਰਹਿਤ ਮਰਯਾਦਾ ਨੂੰ ਲਾਗੂ ਕਰਨਾ ਸੀ ਉਹਨਾਂ ਗੁਰਦੁਆਰਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਗੁਰਦੁਆਰਿਆਂ ਵਿੱਚ ਮੇਰਾ ਖਿਆਲ ਲਾਗੂ ਵੀ ਹੈ ਨਹੀਂ ਹਾਂ ਬਿਲਕੁਲ ਨਹੀਂ ਲਾਗੂ ਜੀ ਹੁਣ ਮੈਂ ਇੱਕ ਹੋਰ ਬੇਨਤੀ ਕਰਦਾ ਜਿਦਾ ਮੇਰੇ ਅਤਿ ਸਤਿਕਾਰਯੋਗ ਸ੍ਰੀ ਕਾਲਤਖਬ ਸਾਹਿਬ ਦੇ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੁਣ ਉਹ ਇੰਗਲੈਂਡ ਵਿੱਚ ਗਏ ਨੇ ਸਾਰੇ ਗੁਰੂ ਘਰਾਂ ਵਿੱਚ ਗਏ ਆ ਉਹਨਾਂ ਨੇ ਬੜਾ ਸੋਹਣਾ ਪ੍ਰਚਾਰ ਆਪਣੇ ਢੰਗ ਤਰੀਕੇ ਨਾਲ ਕੀਤਾ ਜਿੰਨੀ ਕੁ ਉਹਨਾਂ ਨੂੰ ਗੁਰੂ ਸਾਹਿਬ ਨੇ ਸਮੱਤ ਬਖਸ਼ੀ ਹੈ ਪਰ ਸਾਰੀ ਮਤਲਬ ਉਹਨਾਂ ਦੀ ਜੋ ਗੱਲਬਾਤ ਸੁਣਦੇ ਆਂ ਟੀਵੀ ਚੈਨਲ ਆਹੀਂ ਤਾਂ ਉਹਨੇ ਕਿਸੇ ਵੀ ਇੱਕ ਗੁਰਦੁਆਰੇ ਵਿੱਚ ਇਹ ਨਹੀਂ ਆਖਿਆ ਕਿ ਗੁਰਮੁਖ ਪਿਆਰਿਓ ਵੀ ਤੁਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਸਿੱਖ ਰਹਿਤ ਮਰਜ਼ਾ ਲਾਗੂ ਕਰੋ ਤੁਸੀਂ ਵੀ ਅਪਡੇਟ ਹੋਵੋ ਫੋਨ ਕਹਿੰਦੇ ਰੋਜ਼ ਅਪਡੇਟ ਹੋਵੇ ਪਰ ਸਿੱਖੋ ਤੁਸੀਂ ਕਦੋਂ ਅਪਡੇਟ ਹੋਵੋਗੇ ਇਹ ਤਾਂ ਨਹੀਂ ਵੀ ਅਸੀਂ ਹੁਣ ਗਾਂਢੀਆਂ ਜਿਵੇਂ ਚੱਲਦਾ ਜੀ ਉਦਾਂ ਪਹਿਲਾਂ ਗੱਲ ਕੀਤੀ ਵੀ ਇੱਕ ਹੁੰਦਾ ਪਰੰਪਰਾਵਾਦੀ ਇੱਕ ਹੁੰਦਾ ਸਤਵਾਦੀ ਪਰੰਪਰਾਵਾਦੀ ਬਦਲਣਾ ਨਹੀਂ ਚਾਹੁੰਦਾ ਵੀ ਜਿੱਦਾਂ ਆ ਰਿਹਾ ਜੀ ਉਦਾਂ ਉਦਾਂ ਹੀ ਚੱਲਣ ਦਿਓ ਤੇ ਪਰੰਪਰਾਵਾਦੀ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਵੀ ਹੁੰਦੀ ਸਹੀ ਮਨਿਆਂ ਦੇ ਵਿੱਚ ਪਰੰਪਰਾਵਾਦੀ ਨੂੰ ਕਿਸੇ ਨੂੰ ਤਤੀ ਤਵੀ ਦੇ ਨਹੀਂ ਬਿਠਾਇਆ ਉਬਲਦੀ ਦੀਗ ਵਿੱਚ ਨਹੀਂ ਬਿਠਾਇਆ ਨੀਹਾਂ ਦੇ ਵਿੱਚ ਨਹੀਂ ਖਿਲਾਇਆ ਗਿਆ ਤੇ ਜਿਹੜੇ ਸਤਵਾਦੀ ਨੇ ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਨੇ ਉਹਨਾਂ ਨੂੰ ਉਬਲਦੀ ਦੀਗ ਵਿੱਚ ਵੀ ਤੇ ਨੀਹਾਂ ਦੇ ਵਿੱਚ ਵੀ ਖਿਲਾਇਆ ਗਿਆ ਉਹਨਾਂ ਦੇ ਸੀਸ ਵੀ ਕਲਮ ਕਰ ਦਿੱਤੇ ਗਏ ਖੋਪੜੀਆਂ ਵੀ ਲਾ ਦਿੱਤੀਆਂ ਇਤਿਹਾਸ ਤੁਸੀਂ ਸਾਰਾ ਜਾਣਦੇ ਹੋ ਤੇ ਇਸ ਲਈ ਬੁੱਲੇ ਦੀ ਮੈਨੂੰ ਇੱਕ ਨਜ਼ਮ ਚਿੱਤੇ ਆਈ ਹੈ ਤੇ ਬੁੱਲਾ ਕਹਿੰਦਾ ਇੱਕ ਬਾਤ ਅਜਬ ਦੀ ਹੈ ਹਰ ਹਰ ਵਿੱਚ ਸੂਰਤ ਰੱਬ ਦੀ ਹੈ ਜੇ ਜ਼ਾਹਰ ਕਰਾਂ ਇਸਰਾਰ ਤਾਂ ਫਿਰ ਮਾਰਨ ਬੁੱਲੇ ਯਾਰ ਤਾਂ ਕਹਿੰਦੇ ਇੱਥੇ ਗੁਪਤੀ ਬਾਤ ਸੁਖਿੰਦੀ ਹੈ ਤੇ ਬੁੱਲੇ ਬੁੱਲਾ ਸ਼ਾਹ ਕਹਿੰਦਾ ਵੀ ਜੇ ਮੈਂ ਸੱਚ ਕਹਿ ਦੇਆ ਸੱਚ ਦਾ ਬੁੱਲਾ ਕਹਿੰਦਾ ਮੈਨੂੰ ਪਤਾ ਹੈ ਪਰ ਜੇ ਮੈਂ ਸੱਚ ਕਹਿ ਦੇਣਾ ਕਹਿੰਦਾ ਮੈਨੂੰ ਮਾਰ ਬਹੁਤ ਪਾਉਗੀ ਇਸ ਲਈ ਮੈਂ ਚੁੱਪ ਹੀ ਆ ਤੇ ਇਹ ਨਹੀਂ ਵੀ ਮੈਨੂੰ ਸੱਚ ਦਾ ਪਤਾ ਨਹੀਂ ਉਹਨੂੰ ਸੱਚ ਦਾ ਪਤਾ ਹੈ ਪਰ ਜਿਨ੍ਹਾਂ ਨੇ ਸੱਚ ਕਹਿ ਦਿੱਤਾ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਉਬਲਦੀਆਂ ਦੇਗਾਂ ਦੇ ਵਿੱਚ ਉਹਨਾਂ ਨੂੰ ਬਹਿਣਾ ਪਿਆ ਜਿਨ੍ਹਾਂ ਨੇ ਸੱਚ ਦੀ ਆਵਾਜ਼ ਉਠਾਈ ਸੰਤ ਬਾਬਾ ਜਰਨੈ ਸਿੰਘ ਵਰਗੇ ਸੂਰਮੇ ਜੋ ਦੇ ਉਹਨਾਂ ਨੇ ਸੱਚ ਦੀ ਆਵਾਜ਼ ਉਠਾਈ ਤੇ ਬਾਕੀ ਤੁਸੀਂ ਸਾਰਾ ਜਾਣਦੇ ਹੋ ਤੁਸੀਂ ਸਿਆਣੀ ਜੇ ਤੇ ਅੱਜ ਜੇ ਅਸੀਂ ਕਹੀ ਇਹ ਇਹਨਾਂ ਵਿੱਚ ਏਕਤਾ ਕਿਵੇਂ ਹੋ ਸਕਦੀ ਹੈ ਪੁਰਾਣੇ ਸਮੇਂ ਦੇ ਵਿੱਚ ਸਿੰਘ ਕਹਿੰਦੇ ਹੁੰਦੇ ਸੀ ਪੰਥ ਪੰਥ ਵਸੈ ਮੈਂ ਉਜੜਾ ਮਨ ਚਾਉ ਕਨੇਰਾ ਤੇ ਅੱਜ ਕੀ ਉਲਟ ਨਹੀਂ ਹੋ ਰਿਹਾ ਇਸ ਤੋਂ ਵੀ ਅਸੀਂ ਆਪਣੇ ਸਥਾਨ ਅਸੀਂ ਆਪਣੇ ਡੇਰਿਆਂ ਪਿੱਛੇ ਸਿਰਫ ਕੁਝ ਗੱਲਾਂ ਦੇ ਉੱਤੇ ਇੱਕ ਹੋਮੇ ਨਹੀਂ ਸ਼ਬਦ ਲੱਗਦਾ ਹਾਂਜੀ ਬਿਲਕੁਲ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਬਿਲਕੁਲ ਇਦਾਂ ਹੀ ਹੋ ਰਿਹਾ ਜਿਦਾਂ ਉਹ ਕਹਿੰਦੇ ਸੀ ਵੀ ਅਸੀਂ ਭਾਵੇਂ ਉਜੜ ਜਾਈਏ ਹਾਂਜੀ ਜੋ ਮਰਜ਼ੀ ਹੋ ਜੇ ਹੈਨਾ ਪਰ ਪੰਥ ਪੰਥ ਮੇਰਾ ਮਤਲਬ ਵਸਦਾ ਰਹਿਣਾ ਚਾਹੀਦਾ ਹੁਣ ਕੁਝ ਉਲਟ ਹੋ ਰਿਹਾ ਅਗਲਾ ਕੰਦਾ ਵੀ ਮੇਰੀ ਪ੍ਰਾਪਰਟੀ ਮੇਰਾ ਡੇਰਾ ਆਦਿਕ ਮੇਰੀ ਸੰਗਤ ਜੋ ਵੀ ਮੇਰੇ ਨਾਲ ਜੁੜੇ ਨੇ ਉਹ ਜੁੜੇ ਰਹਿਣ ਹਾਂ ਮੇਰੇ ਜਿਹੜੇ ਫਾਲੋਅਰ ਨੇ ਬਸ ਉਹ ਨਹੀਂ ਟੁੱਟਣੇ ਚਾਹੀਦੇ ਪੰਥ ਹੈ ਜਿਹੜਾ ਪੰਥ ਜਿਹੜੇ ਮਰਜ਼ੀ ਠੇਖੂ ਜਾਵੇ ਪੰਥ ਤੋਂ ਅਸੀਂ ਕੁਝ ਨਹੀਂ ਲੈਣਾ ਪਰ ਪੰਥ ਦੀ ਅਸੀਂ ਜਿਹੜੀ ਡੁਗ ਡੁਗੀ ਹੈ ਉਹ ਅਸੀਂ ਜਰੂਰ ਬੁਜਾ ਰਹੇ ਹਾਂ ਪਰ ਜੋ ਪੰਥ ਹੈ ਤੇ ਪੰਥ ਦੇ ਅਰਥੀ ਹੁੰਦੇ ਨੇ ਮਾਰਗ ਰਸਤਾ ਜਿਹੜਾ ਸਾਨੂੰ ਗੁਰੂ ਸਾਹਿਬ ਦੱਸ ਕੇ ਗਏ ਨੇ ਹਨਾ ਤੇ ਉਸ ਮਾਰਗ ਤੇ ਸੀ ਚੱਲਣ ਨੂੰ ਤਿਆਰ ਨਹੀਂ ਸੀ ਮਤਲਬ ਇੰਜ ਕਹ ਲਓ ਵੀ ਇੱਕ 도ਗਲੀ ਜੀ ਨੀਤੀ ਅਸੀਂ ਵਰਤ ਰਹੇ ਹਾਂ ਗੱਲ ਅਸੀਂ ਪੰਥ ਦੀ ਕਰਦੇ ਆ ਜਦੋਂ ਕੋਈ ਵੀ ਗੱਲ ਹੁੰਦੀ ਹੈ ਦੇਖੋ ਜੀ ਇਹ ਅਕਾਲ ਤਖਤ ਸਾਹਿਬ ਦੇ ਖਿਲਾਫ ਬੋਲਦੇ ਨੇ ਮੈਂ ਕਹਿੰਨਾ ਉਹ ਚਲੋ ਕੋਈ ਬੰਦਾ ਜੀ ਅਕਾਲ ਤਖਤ ਸਾਹਿਬ ਦੇ ਖਿਲਾਫ ਬੋਲਦਾ ਉਹ ਉਹ ਤੋਂ ਹੀ ਸਾਹਮਣੇ ਰੱਖੋ ਲਿਆ ਕੇ ਤੇ ਪਰ ਉਹ ਤਾਂ ਜੇ ਕੋਈ ਬੋਲਦਾ ਉਹਦੀ ਗਲਤੀ ਹੈ ਪਰ ਜੇ ਦੇਖਿਆ ਜਾਵੇ ਅਸੀਂ ਤਾਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਰੂਲ ਲਾਗੂ ਹੋਇਆ 1945 ਦੇ ਵਿੱਚ ਅਸੀਂ ਤਾਂ ਉਹੀ ਦੀ ਮੰਨਦੇ ਅਸੀਂ ਤੋਂ ਮੰਨ ਨੂੰ ਤਿਆਰ ਹੀ ਨਹੀਂ ਬਿਲਕੁਲ ਹੀ ਉਹਨੂੰ ਮਨਾਣ ਦੇ ਵਾਸਤੇ ਕੋਈ ਉਪਰਾਲੇ ਵੀ ਲੱਗਦਾ ਨਹੀਂ ਹੋਰੇ ਵੀ ਅਸੀਂ ਸੋਚੀਏ ਵੀ ਪੰਥ ਵਿੱਚ ਇੱਕ ਤਾਂ ਹੋ ਸਕੇ ਕੋਈ ਲੱਗਦਾ ਵੀ ਤੁਹਾਨੂੰ ਕੋਈ ਸ਼ੁਭਚਿੰਤਕ ਵੀਰ ਜਿਹੜੇ ਇਸ ਪਾਸੇ ਵੱਲ ਹਮਲਾ ਮਾਰਨ ਅਸੀਂ ਪਾਰਟੀਆਂ ਨਾਲ ਅਸੀਂ ਧੜੇ ਧੜੇ ਬੰਦੀਆਂ ਨਾਲ ਨਹੀਂ ਜ਼ਿਆਦਾ ਜੁੜ ਗਏ ਹਾਂਜੀ ਬਿਲਕੁਲ ਅਸੀਂ ਮਤਲਬ ਸਾਡੇ ਉੱਪਰ ਰਾਜਨੀਤਿਕ ਰਾਜਨੀਤੀ ਦਾ ਵੀ ਜਿਹੜਾ ਉਹ ਪ੍ਰੈਸ਼ਰ ਬਹੁਤ ਜ਼ਿਆਦਾ ਆ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਇਹ ਜਿਹੜਾ ਰੌਲਾ ਮ ਮਰਿਆਦਾ ਦੇ ਨਾਲ ਨਾਲ ਰਾਜਨੀਤਿਕ ਰੌਲਾ ਵੀ ਬਿਲਕੁਲ ਬਿਲਕੁਲ ਹਾਂਜੀ ਰਾਜਨੀਤੀ ਦਾ ਰੌਲਾ ਹੀ ਬਹੁਤ ਜ਼ਿਆਦਾ ਆ ਉਹ ਚਾਹੁੰਦੇ ਨੇ ਵੀ ਜਿਸ ਤਰ੍ਹਾਂ ਜਿਹੜੇ ਸਾਡੇ ਫਾਲੋਅਰ ਨੇ ਜਿਹੜੇ ਸਾਡੇ ਨਾਲ ਜੁੜੇ ਨੇ ਵੀ ਜੇ ਉਹ ਤਾਂ ਚਾਹੁੰਦੇ ਨੇ ਵੀ ਪਾੜੋ ਤੇ ਰਾਜ ਕਰੋ ਵੀ ਇਕੱਠੇ ਹੋਣ ਹੀ ਨਾ ਇੱਕ ਮਰਿਆਦਾ ਲਾਗੂ ਕਰਨ ਦਾ ਭਾਵ ਇਹ ਹੀ ਸੀਗਾ ਵੀ ਏਕਾ ਬਾਣੀ ਏਕੋ ਗੁਰ ਏਕਾ ਸ਼ਬਦ ਵਿਚਾਰ ਵਾਲਾ ਜਿਹਾ ਸਿਧਾਂਤ ਆ ਉਹ ਤਾਂ ਹੀ ਲਾਗੂ ਹੋਊਗਾ ਤੇ ਅਸੀਂ ਜਿਵੇਂ ਭਿੱੜ ਰਹੇ ਹਾਂ ਦੋ ਤਿੰਨ ਧਿਰਾਂ ਆਪਸ ਵਿੱਚ ਭਿੱੜ ਰਹੀਆਂ ਨੇ ਉਹ ਭਰਾ ਮਰੂ ਜੰਗ ਹੋਣ ਦੀ ਪੂਰੀ ਤਿਆਰੀ ਹੈ ਇੰਜ ਕਹਿ ਲਓ ਪਰ ਉਹ ਸ਼ਾਂਤ ਹੋ ਸਕਦਾ ਹੈ ਜੇ ਅਸੀਂ ਇੱਕ ਰੂਲ ਨੂੰ ਅਸੀਂ ਸਿਰ ਕਾਲ ਤੱਕ ਸਭ ਦੀ ਮਰਜ਼ਾ ਦਾ ਨੂੰ ਅਸੀਂ ਜੇ ਮੰਨ ਲਾਂਗੇ ਪਰ ਮੈਨੂੰ ਲੱਗਦਾ ਵੀ ਇੰਨੀ ਛੇਤੀ ਅਸੀਂ ਮੰਨਣ ਵਾਲੇ ਤਿਆਰ ਨਹੀਂ ਮੈਂ ਨਾ ਮੰਨਣ ਵਾਲੀ हां बिल्कुल बिल्कुल एदा ही मेनू लग रया है पर एकता हो सकती है शांति हो सके जी अगर सी अपनी होम इगो जे ਛੱਡ ਦੀਏ ਕਿਸੇ ਨੇ ਬੜਾ ਸੋਨਾ ਲਿਖਿਆ ਕਹਿੰਦੇ ਇੱਕੋ ਰਹਿਣੀ ਹੋਵੇ ਇੱਕੋ ਕਹਿਣੀ ਹੋਵੇ ਇੱਕੋ ਬਹਿਣੀ ਹੋਵੇ ਹੋਵੇ ਪਿਆਰ ਸਾਡਾ ਲੋਕੀ ਉੱਠ ਕੇ ਕਰਨ ਪ੍ਰਣਾਮ ਸਾਨੂੰ ਉੱਚਾ ਹੋ ਜੇ ਇੰਨਾ ਕਿਰਦਾਰ ਸਾਡਾ ਮੇਨ ਸਾਡਾ ਕਿਰਦਾਰ ਉੱਚਾ ਹੋਣਾ ਚਾਹੀਦਾ ਵਧੀਆ ਹੋਣਾ ਚਾਹੀਦਾ ਅਸੀਂ ਸੱਚ ਦੇ ਮਾਰਗ ਦੇ ਰਾਧ ਪੰਦੀ ਬਣੀਏ ਬਿਲਕੁਲ 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 ਤੇ ਤਾਂ ਜੋ ਜਿਹੜਾ ਦੂਜਿਆਂ ਨੂੰ ਵੀ ਅਸੀਂ ਸਿੱਖਿਆ ਦੇ ਸਕੀਏ ਹਾਂਜੀ ਹਾਂਜੀ ਬਿਲਕੁਲ ਦੂਜੀ ਵੇ ਜਿਹੜੀ ਬੇਨਤੀ ਕਰ ਰਿਹਾ ਸੀ ਤੁਹਾਨੂੰ ਤੁਹਾਡੇ ਇਸ ਪੰਜਾਬੀ ਲੋਕ ਚੈਨਲ ਦੇ ਰਾਹੀਂ ਕਿ ਆਪਾਂ ਜਿਹੜੇ ਮੇਨ ਗੱਲ ਇਹ ਹੈ ਕਿ ਸਾਨੂੰ ਸਿੱਖ ਰਹਿਤ ਮਰਯਾਦਾ ਦੇ ਉੱਪਰ ਪੂਰਾ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ ਤੇ ਜਿਹੜੇ ਮੇਰੇ ਵੀਰ ਆ ਉਹ ਜਿਹੜੇ ਨਹੀਂ ਮੰਨਣ ਨੂੰ ਤਿਆਰ ਤੇ ਉਹਨਾਂ ਨੂੰ ਆਪਣੀ ਜਿਹੜੀ ਈਗੋ ਹੈ ਜਿਹੜਾ ਹੰਕਾਰ ਹੈ ਉਹ ਸਾਨੂੰ ਛੱਡ ਦੇਣਾ ਚਾਹੀਦਾ ਹੈ ਖਾਸ ਕਰਕੇ ਜਿਹੜੀ ਸ਼੍ਰੋਮਣੀ ਕਮੇਟੀ ਹੈ ਤੇ ਉਹਨਾਂ ਦਾ ਵੀ ਇਹ ਫਰਜ ਬੰਦ ਹੈ ਉਹਨਾਂ ਦਾ ਪ੍ਰਚਾਰਕਾਂ ਦਾ ਵੀ ਜਥੇਦਾਰ ਸਭ ਨੂੰ ਵੀ ਉੱਥੋਂ ਇੱਕ ਕਾਲ ਤੱਕ ਸਭ ਤੋਂ ਹੁਕਮਾ ਜਾਰੀ ਕਰਨਾ ਚਾਹੀਦਾ ਹੈ ਕਿ ਤੁਸੀਂ ਭਾਈ ਹੌਲੀ-ਹੌਲੀ ਅਪਡੇਟ ਹੋਵੋ ਫੋਨ ਤੁਸੀਂ ਅਪਡੇਟ ਮੰਗਦੇ ਹੋ ਪਰ ਤੁਸੀਂ ਆਪਣੇ ਆਪ ਨੂੰ ਵੀ ਤਾਂ ਅਪਡੇਟ ਕਰੋ ਨਾ ਤੁਸੀਂ ਆਪਣੇ ਵੇਖੋ ਉਹਨਾਂ ਦੇ ਉਸਥਾਨਾਂ ਤੇ ਡੇਰਿਆਂ ਤੇ ਜਾਂਦੇ ਨੇ ਤੇ ਉੱਥੇ ਉਹਨਾਂ ਨੇ ਜਾ ਕੇ ਲੱਗਦਾ ਕਹਿੰਦੇ ਵੀ ਹੈਣਗੇ ਤੁਹਾਨੂੰ ਲੱਗਦਾ ਵੀ ਕਹਿੰਦੇ ਹੋਣਗੇ ਜਾ ਕੇ ਵੀ ਤੁਸੀਂ ਜੀ ਅਸੀਂ ਇੱਥੇ ਆਏ ਆ ਤੁਹਾਡੇ ਸਥਾਨ ਤੇ ਮੈਂ ਤੁਹਾਡੇ ਸਥਾਨ ਤੇ ਆਵਾਂਗੀ ਹੀ ਤਾਂ ਜੇ ਤੁਸੀਂ ਪੰਥ ਰਾਏਤ ਪਰਿਵਾਰਾਂ ਨੂੰ ਫੋਲੋ ਕਰੋਗੇ ਬਿਲਕੁਲ ਬਿਲਕੁਲ ਹਾਂ ਵੀ ਮੈਨੂੰ ਨਹੀਂ ਲੱਗਦਾ ਮੈਂ ਅਜੇ ਤੱਕ ਕਦੇ ਨਹੀਂ ਸੁਣਿਆ ਵੀ ਉਹ ਇਸ ਚੀਜ਼ ਵਧੀਆ ਮਿੱਠੀਆਂ ਗੱਲਾਂ ਕਰਕੇ ਜਿਵੇਂ ਲਫਾਫਾ ਕਲਚਰ ਜਿਵੇਂ ਪਿਛਲੀ ਵਾਰ ਰੌਲਾ ਪਿਆ ਵੀ ਲਫਾਫਾ ਦਿੱਤਾ ਜੀ ਹਾਂਜੀ ਬਿਲਕੁਲ ਬਿਲਕੁਲ ਕੋਈ ਨਾ ਕੋਈ ਮਜਬੂਰੀ ਕਹਿ ਲੋ ਉਹਨਾਂ ਦੀ ਜਾਂ ਕੁਝ ਵੀ ਕਹਿ ਲੋ ਜਾਂ ਵਿਚਾਰੇ ਉਹ ਵੀ ਡਰਦੇ ਨੇ ਵੀ ਮੈਂ ਇੱਥੇ ਜੇ ਹਾਂ ਤੇ ਕਿਤੇ ਕੱਲ ਨੂੰ ਮੇਰੀ ਨਾ ਕੋਈ ਬਦਲੀ ਕਰ ਦੇਣ ਪਰ ਨਹੀਂ ਅਖੀਰ ਸੱਚ ਹੀ ਸਾਹਮਣੇ ਆਉਂਦਾ ਸੱਚ ਨਹੀਂ ਇੱਥੇ ਰਹਿਣਾ ਹੈ ਤੇ ਔੜਕ ਸੱਚ ਰਹੀ ਜੀ ਇਸ ਲਈ ਸਾਨੂੰ ਸੱਚ ਤੇ ਪਹਿਰੇ ਦੇਣਾ ਚਾਹੀਦਾ ਹੈ ਤੇ ਸਾਰੀ ਸੰਗਤ ਨੂੰ ਇਸ ਚੀਜ਼ ਨੂੰ ਹੁਣ ਇਸ ਤਰੀਕੇ ਨਾਲ ਨਾ ਲੈਣ ਵੀ ਇਹ ਦੋਨਾਂ ਨੇ ਇਹ ਮਸ਼ੀਨਰੀ ਨੇ ਇਹ ਆਪਦੇ ਤਰੀਕੇ ਨਾਲ ਬੋਲ ਰਹੇ ਨੇ ਨਹੀਂ ਅਸਤਾ ਜੋ ਅਸੀਂ ਕਾਲ ਤੱਕ ਸਭ ਦੀ ਮਰਜ਼ਾਦਾ ਹੈ ਤੇ ਕੋਸ਼ਿਸ਼ ਕੀਤੀ ਹੈ ਵੀ ਉਹ ਜੇ ਅਸੀਂ ਇੱਕ ਮਨ ਲਵਾਂਗੇ ਇੱਕ ਪ੍ਰਵਾਨ ਕਰ ਲਵਾਂਗੇ ਤਾਂ ਸਾਡੇ ਵਿੱਚੋਂ ਸਾਰੇ ਮਤਭੇਦ ਸਾਰੇ ਰੋਲੇ ਗੋਲੇ ਆਦਿਕ ਇਹ ਆਪਣੇ ਆਪ ਹੀ ਖਤਮ ਹੋ ਜਾਣਗੇ ਤੁਸੀਂ ਤਾਂ ਕਥਾਵਾਚਕ ਵੀ ਇੱਕ ਸਥਾਨ ਮਸਤੂਆਣਾ ਸਾਹਿਬੇ ਕਰਦੇ ਰਹੇ ਹੋ ਉੱਥੇ ਦਾ ਮਿਸ਼ਨਰੀ ਪ੍ਰਚਾਰਕ ਮੇਰੇ ਖਿਆਲ ਜਿਆਦਾ ਨਹੀਂ ਹੁੰਦਾ ਮੈਨੂੰ ਤੁਸੀਂ ਉਹਦੇ ਬਾਰੇ ਦੱਸ ਸਕਦੇ ਕੋਈ ਹਾਂਜੀ ਦੇਖੋ ਜੀ ਤੁਹਾਨੂੰ ਵੇਖ ਕੇ ਸੁਣ ਕੇ ਵੀ ਹੈਰਾਨਗੀ ਹੋਊਗੀ ਕਿ ਮੈਂ ਕਿਸੇ ਮਿਸ਼ਨਰੀ ਕਾਲਜ ਚੋਂ ਨਹੀਂ ਪੜਿਆ ਜੀ ਕਿਤੇ ਮੈਂ ਕਿਸੇ ਕਾਲਜ ਚੋਂ ਨਹੀਂ ਪੜਿਆ ਖਾਸ ਮੈਂ ਡੇਰੇ ਚੋਂ ਪੜਿਆ ਹੋਇਆ ਹਾਂ ਕਾਫੀ ਸਮਾਂ ਮੈਂ ਬੂੰਗਾ ਦਮਦਮਾ ਸਾ ਤਲਵੰਡੀ ਸਾਹ ਬੋ ਰਿਹਾ ਹਾਂ ਫਿਰ ਮੈਂ ਗੁਰਸਾਗਰ ਮਸਤੂਆਣਾ ਸੰਗਰੂਰ ਰਿਹਾ ਪਰ ਤੁਹਾਨੂੰ ਹੈਰਾਨਗੀ ਹੋਵੇਗੀ ਸੁਣ ਕੇ ਕਿ ਪੂਰੇ ਵਰਲਡ ਵਿੱਚ ਪੂਰੇ ਜਿੰਨੇ ਵੀ ਡੇਰੇ ਬਣੇ ਨੇ ਸਾਰੇ ਡੇਰਿਆਂ ਦੇ ਵਿੱਚੋਂ ਇੱਕ ਕੇਵਲ ਮਸਤੂਆਣਾ ਸਾਹਿਬ ਹੈ ਮੈਂ ਸਾਬਰਤਿਆ ਉਹ ਇਸ ਲਈ ਕਿਉਂਕਿ ਉੱਥੇ ਕਾਲ ਤੱਕ ਸਭ ਦੀ ਮਰਜ਼ੀਦਾ ਲਾਗੂ ਕੀਤੀ ਹੋਈ ਹੈ ਤੁਸੀਂ ਅੱਜ ਜਾ ਕੇ ਦੇਖ ਸਕਦੇ ਹੋ ਮੈਂ ਇੱਕ ਡੇਰੇ ਵਿੱਚ ਪੜਨਦੇ ਹੋਣ ਦੇ ਨਾ ਤੇ ਮੈਂ ਅਪਡੇਟ ਹੋ ਗਿਆ ਨਹੀਂ ਤਾਂ ਮੈਂ ਵੀ ਕਹਿੰਦਾ ਸਾਡੇ ਬਾਬਾ ਜੀ ਤੁਹਾਡੇ ਬਾਬਾ ਜੀ ਜੇ ਮੈਂ ਅਪਡੇਟ ਹੋ ਸਕਦਾ ਇੱਕ ਨਿਮਾਣਾ ਜਿਹਾ ਬੰਦਾ ਤਾਂ ਫਿਰ ਤੁਹਾਨੂੰ ਅਪਡੇਟ ਹੋਣ ਦੇ ਵਿੱਚ ਕੀ ਪ੍ਰੋਬਲਮ ਹੈ ਹੋ ਜੀ ਅਰਦਾਸ ਕਰੀਏ ਮਹਾਰਾ ਚਰਦੀ ਖਲਾ ਬਖਸ਼ੇ ਸਾਡੇ ਅੰਦਰ ਪਿਆਰ ਪ੍ਰੇਮ ਪੰਥ ਵਸੈ ਮੈਂ ਉਜੜਾ ਦੀ ਜਿਹੜੀ ਭਾਵਨਾ ਹੈ ਉਹ ਬਣੀ ਰਹੇ ਤੁਹਾਡਾ ਬਹੁਤ ਧੰਨਵਾਦ ਪੰਜਾਬੀ ਲੋਕ ਚੈਨਲ ਨੂੰ ਸਮਾ ਦੇਣ ਦੇ ਵਾਸਤੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ